ਮਾਰਨਿੰਗ ਗਾਇਸ, ਕਿਵੇਂ ਹੋ ਸਾਰੇ? ਉਮੀਦ ਕਰਦੀ ਸਾਰੇ ਘੈਂਟ ਹੋ ਗਏ. ਵੈਲਕਮ ਬੈਕ ਟੂ ਯੂਟਿਊਬ ਚੈਨਲ. ਸੋ ਅੱਜ ਦਾ ਵਲੌਗ ਕਰਦੇ ਆਪਾਂ ਸਟਾਰਟ. ਉਮੀਦ ਕਰਦੇ ਵਧੀਆ ਵੀ ਲੱਗੂਗਾ. ਕੱਲ੍ਹ ਵਾਲਾ ਤੁਸੀਂ ਵੇਖ ਹੀ ਲਿਆਉਣਾ. ਡੋਂਟ ਆਸਕ ਐਨੀ ਕੁਸ਼ਚਨ. ਸੋ ਹੈਲੋ ਸ਼ਿਵਾ, ਗੁੱਡ ਮਾਰਨਿੰਗ. ਗੁੱਡ ਮਾਰਨਿੰਗ ਜੀ. ਰੁੱਤ ਵੀ ਠੰਡ ਇੰਨੀ ਲੱਗਣ ਪਈ ਹੈ. ਕੰਬਲ ਉਧਰ ਜਾਈ ਮੋਟੀ ਹੋ ਵੀ ਕਹਿੰਦੇ ਵੀ ਮੈਂ ਤਾਂ ਰਜਾਈ 'ਚ ਸੋ, ਮੈਨੂੰ ਬਹੁਤ ਲੱਗਦੀ ਠੰਡ. ਅਤੇ ਸੋਚ ਲਓ ਜੇ ਸਿਆਲ ਆ ਗਿਆ, ਡਬਲ ਰਜਾਈ ਦੇਣੀ ਪੈਣੀ ਨਹੀਂ. ਆਹੋ ਹੈ ਨਾ, ਡਬਲ ਰਜਾਈ 'ਚ ਲੈਟਰ ਕੱਢ ਪੱਖੇ ਲਾਈਟਰ. ਆਓ ਲੈ, ਕਲਾਸ ਲੱਗਣ ਦੀ ਬਾਰ ਬੜੀ ਬੁਰੀ ਵਾਲੀ. ਸੋ ਗਾਇਜ਼ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕੀ ਕਲਾਸ ਲੱਗੀ ਸੀ. ਮੈਂ ਅੰਕਲ ਨੂੰ ਬਣਾਉਂਦਿਆਂ ਦੇਖਿਆ ਸੀਗਾ ਕਿਚਨ ਦੇ ਵਿੱਚ, ਬਟ ਅੱਜ ਪਹਿਲੀ ਵਾਰ ਅੰਕਲ ਦੇ ਹੱਥ ਦੇ ਸੈਂਡਵਿਚ ਖਾਣੇ ਆ. ਗੁੱਡ ਮਾਰਨਿੰਗ, ਬਹੁਤ ਵਧੀਆ ਹੋਈ ਆ. ਗਰਮ ਪਾਣੀ ਪੀ ਕੇ ਨਾਲ ਐਪਲ ਖਾ ਕੇ. ਡਾਕਟਰ ਕਹਿੰਦਾ ਨਹੀਂ, ਕੀ ਕਹਾਵਤ ਜੀ ਹੈਗੀ ਨਾ, ਈਟ ਐਪਲ ਐਂਡ ਹਾਂ ਟੇਕ ਅਵੇ ਹਾਂ ਨਹੀਂ ਘਾਟਾਵਾਂ 'ਚ ਹੋ ਗਿਆ. ਮਤਲਬ ਵੀ ਡਾਕਟਰ ਕਹਿੰਦਾ ਵੀ ਡੇਲੀ ਐਪਲ ਖਾਓ ਅਤੇ ਡਾਕਟਰ ਨੂੰ ਦੂਰ ਭਜਾਓ. ਪਹਿਲਾਂ ਥੈਂਕ ਯੂ ਫੋਰ ਸੈਂਡਵਿਚ, ਅਤੇ ਹੁਣ ਥੈਂਕ ਯੂ ਫੋਰ ਜੂਸ. ਨਹੀਂ ਨਹੀਂ ਆਪਾਂ ਨੂੰ ਫਿਰ ਵੀ ਟੇਸਟੀ ਲੱਗੇ ਜਾ. ਅੰਕਲ ਵੀ ਬਹੁਤ ਵਧੀਆ ਸ਼ੈਫ ਹੈਗੇ ਆ, ਮਤਲਬ ਕੁਕਿੰਗ ਘੈਂਟ ਆ. ਹਾਂ ਸੀਰੀਅਸਲੀ ਗਾਇਜ਼, ਆਪਾਂ ਇੱਦਾਂ ਦੇ 5 ਸਟਾਰ 'ਚੋਂ ਖਾਈਏ ਉਹਦਾ ਵੀ ਟੇਸਟ ਨਹੀਂ ਆਉਂਦਾ. ਸੱਚੀ ਗੱਲ ਆ ਨਾ, ਹੈ ਨਾ ਮਾਸੀ? ਬਹੁਤ ਜ਼ਿਆਦਾ ਟੇਸਟੀ ਹੈ, ਬਹੁਤ ਜ਼ਿਆਦਾ. ਅਤੇ ਹੁਣ ਆਪਾਂ ਰਾਤ ਸੀਗੇ ਨਰੂਲਾ ਕਪਿਲ ਅੰਕਲ ਜੀ ਦੇ ਘਰੇ, ਨਰੂਲਾ ਫੈਮਿਲੀ ਦੇ. ਹੁਣ ਅਸੀਂ ਜਾ ਰਹੇ ਦੀਦੀ ਘਰੇ, ਕਿਉਂਕਿ ਸਾਰਾ ਸਮਾਨ ਦੀਦੀ ਵੱਲ ਪਿਆ. ਅਤੇ ਫਿਰ ਆਪਾਂ ਰੈਡੀ ਹੋ ਕੇ ਆਉਂਦੇ ਹਾਂ, ਅਤੇ ਫਿਰ ਗਾਇਜ਼ ਤੁਹਾਨੂੰ ਆ ਕੇ ਮਿਲਦੇ. ਦੇਖਿਆ ਫਿਰ ਮੈਂ ਅੱਗੇ ਹੀ ਬੈਠਾ ਹੂੰ, ਮੈਨੂੰ ਅੱਗੇ ਬਿਠਾਉਣ ਦੇ ਫਾਇਦੇ ਬਹੁਤ ਆ. ਜਿਹੜੇ ਫਾਇਦੇ ਪੁੱਛਣਾ ਚਾਹੁੰਦੇ ਨੇ ਉਹ ਮੈਨੂੰ ਇੱਕ ਵਾਰੀ ਪਰਸਨਲੀ ਮਿਲੇ. ਦੀਦੀ ਫਾਇਦਾ ਹੈਗਾ ਅੱਗੇ ਬਿਠਾਉਣ ਦਾ, ਮਜ਼ਾਕ ਨਹੀਂ ਇਹ ਗੱਲ, ਸੀਰੀਅਸ ਆ. ਸੋ ਇਫ ਯੂ ਵਾਂਟ ਨੋ, ਇਫ ਯੂ ਵਾਂਟ ਟੂ ਨੋ ਇਟ ਕਿ ਕੀ ਬੈਨੀਫਿਟਸ ਆ ਮੈਨੂੰ ਅੱਗੇ ਬਿਠਾਉਣ ਦੇ, ਤਾਂ ਯੂ ਕੈਨ ਮੀਟ ਮੀ. ਅਤੇ ਆਪਾਂ ਜਾ ਰਹੇ ਸੋਨੀ ਦੀਦੀ ਦੇ ਘਰੇ, ਸਾਰੇ ਕੱਪੜੇ ਕੁੱਪੜੇ ਮੇਰੇ ਉੱਥੇ ਪਏ, ਉਹ ਚੱਕ ਕੇ ਲਿਆਉਣੇ ਆ. ਮਹਿੰਦੀ ਦਾ ਰੰਗ ਗੂੜਾ ਗੂੜਾ. ਕਿੰਨੀ ਭੀੜ ਹੈ ਨਾ ਇੱਥੇ ਅੰਕਲ, ਤਿਆਰ 12 ਵੱਜ ਗਏ ਜੇ. ਬਟ ਆਈ ਲਾਈਕ ਇਟ. ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਦੱਸਿਓ. ਅਤੇ ਮੈਂ ਅੱਜ ਪਹੁੰਚੀ ਸੀਗੀ ਜਗਰਾਓਂ ਡਿੰਪਲ ਬਿਊਟੀ ਪਾਰਲਰ, ਜਿਨ੍ਹਾਂ ਨੇ ਮੇਕਅਪ ਕੀਤਾ ਵਾ. ਥੈਂਕ ਯੂ ਸੋ ਮਚ ਫੋਰ ਬਿਊਟੀਫੁਲ ਮੇਕਅਪ ਫਸਟ ਆਫ ਆਲ. ਅਤੇ ਹੇਅਰ ਸਟਾਈਲ ਵੀ ਬਹੁਤ ਸੋਹਣਾ ਕੀਤਾ, ਨੈਚੁਰਲ ਜਿਹਾ ਮੈਂ ਰੱਖ ਰਹੀ ਹਾਂ ਤੁਹਾਨੂੰ ਵੀ ਪਤਾ. ਅਤੇ ਹੁਣ ਆਪਾਂ ਚੱਲਦੇ ਹਾਂ, ਬਿਕੋਜ਼ ਆਪਾਂ ਬਹੁਤ ਜ਼ਿਆਦਾ ਆਲਰੇਡੀ ਲੇਟ ਹਾਂ. ਥੈਂਕ ਯੂ ਸੋ ਮਚ ਜੀ. ਅਤੇ ਬ੍ਰਾਈਡਲ ਮੇਕਅਪ ਕਰਨ ਲਈ ਤੁਸੀਂ ਇੱਥੇ ਆ ਸਕਦੇ ਹੋ. ਬਹੁਤ ਹੀ ਜੈਨੂਇਨ ਪ੍ਰਾਈਸ ਘੈਂਟ ਮੇਕਅਪ ਕਰਦੇ ਆ, ਤੁਹਾਨੂੰ ਸਾਰੇ ਜਗਰਾਊਂ 'ਚ ਇੱਦਾਂ ਦਾ ਮੇਕਅਪ ਨਹੀਂ ਮਿਲੇਗਾ. ਸੈਲੂਨ ਦਾ ਨਾਮ ਬੋਲੀਏ, ਡਿੰਪਲ ਬਿਊਟੀ ਪਾਰਲਰ, ਉਹ ਦੇਖੋ ਤੁਹਾਨੂੰ. ਥੈਂਕ ਯੂ ਸੋ ਮਚ. ਗੱਲੀ ਗੱਲੀ ਬਹੁਤ ਸੋਹਣਾ ਮੇਕਅਪ ਕੀਤਾ. ਮੇਰੀ ਕਿਹਾ ਡਿੰਪਲ ਬੈਠੀ ਦੇਸੀ ਹੈ. ਦੇ ਫੋਨ ਪਿੱਛੇ ਕਰੀਓ, ਤੁਹਾਡਾ ਮੂੰਹ ਨਹੀਂ ਦਿੱਤਾ. ਟੂ ਲੇਟ, ਰੈਡੀ ਲੇਟ ਹੋਏ ਹਾਂ ਥੋੜ੍ਹਾ ਜਿਹਾ, ਬਟ ਹੁਣ ਆਪਾਂ ਨਿਕਲ ਗਏ ਹਾਂ ਅਤੇ ਆਪਾਂ ਜਲਦੀ ਪਹੁੰਚ ਜਾਣਾ ਵਾ. 20 ਮਿੰਟ ਦਾ ਰਸਤਾ ਹੈ ਇੱਥੋਂ, ਅਤੇ ਆਪਾਂ ਪਹੁੰਚ ਕੇ ਨਾਲ ਦੀ ਨਾਲ ਤੁਹਾਨੂੰ ਦਿਖਾਉਂਦੇ ਹਾਂ ਘਰ ਦਾ ਮਾਹੌਲ ਚਾਲ. ਚਲੋ ਜੀ, ਸਾਰੇ ਜਾਣੇ ਆਏ ਹਾਂ ਤੁਸੀਂ ਪਿੱਛੇ. ਹੇ ਗਾਇਜ਼, ਹੈਲੋ, ਸਤਿ ਸ਼੍ਰੀ ਅਕਾਲ ਜੀ. ਪਹਿਲੀ ਵਾਰੀ ਮੇਰੇ ਵਲੌਗ 'ਚ ਆਇਆ, ਵੈਲਕਮ ਕਰੋ. ਹੈਲੋ ਜੀ, ਐਂਜਲ
ਉਧਰ ਚਲ ਗਈ ਹੈਲੋ 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 ਇਹ ਸਦਿਆ ਸੋਨੀ ਜੀ ਨੂੰ ਬੜੀ ਭੁੱਖ ਲੱਗੀ ਆ ਆਪਾਂ ਸਾਰੇ ਜਣੇ ਇੱਕੋ ਪਲੇਟ ਚ ਖਾਣੇ ਆ ਅਸੀਂ ਨਹੀਂ ਪਲੇਟ ਦੇ ਲਈ ਨਾਟ ਵੇਸਟ ਨਹੀਂ ਕਰਨਾ ਚਾਹੁੰਦੇ ਆਪਾਂ ਚਿੱਟੇ ਸੂਟ ਤੇ ਦਾਗ ਪੈ ਗਿਆ ਸਬਜ਼ੀ ਦੇ ਦਾਣੇ ਉੱਡ ਗਏ ਆਈ ਮੰਮੀ ਦੀ ਗੱਲ ਯਾਦ ਆਈ ਕਹਿੰਦੀ ਮੰਮੀ ਪਤਾ ਕਹਿੰਦੇ ਨੇ ਤੂੰ ਰੋਟੀ ਖਾਣ ਲੱਗੇ ਵੀ ਬੁਲਾਇਆ ਗਾ ਇਸ ਟਾਈਮ ਪੜੀ ਆ ਜੇ ਉਹ ਹਵਾ ਆਈ ਤੇ ਵੀ ਉੱਡ ਸਕਦੀ ਆ ਮਿਕਸ ਫਰੂਟ ਦਾ ਟੇਸਟ ਸਰਫ ਵਰਗਾ ਮਾਹੌਲ ਚਾਲ ਠੀਕ ਹੈ ਜੀ ਤੁਹਾਨੂੰ ਪਤਾ ਹੀ ਆ ਸਿਸਟਰ ਦਾ ਸਾਰਾ ਹਾਊਸ ਯੋਰ ਐਕਸਪੀਰੀਅੰਸ ਅੱਛਾ ਯੰਮੀ ਸੀ ਰੋਟੀ ਯੰਮੀ ਆ ਨਾ ਤੁਹਾਨੂੰ ਕਿੱਦਾਂ ਲੱਗ ਰਿਹਾ ਵਾ ਹਾਊਸ ਯੋਰ ਫੀਲਿੰਗ ਵਧੀਆ ਵਧੀਆ ਲੱਗ ਰਿਹਾ ਵੈਸੇ ਸ਼ਾਂਤੀ ਜੀ ਆ ਨਾ ਕੋਈ ਮਤਲਬ ਡੀਜੇ ਦਾ ਕੱਟ ਚੱਕਾ ਚੱਲੀ ਡੀਜੇ ਹੈਗੇ ਨੇ ਪਰ ਸਾਡੇ ਮੂਹਰੇ ਪੱਖਾ ਲੱਗਾ ਹੋਇਆ ਨਾ ਉਹਦੀ ਹਵਾ ਚ ਅੱਛਾ ਫੀਲ ਹੋ ਰਿਹਾ ਅੱਛਾ ਫੀਲ ਹੋ ਰਿਹਾ ਨਹੀਂ ਤੇ ਪੱਖੇ ਦੀ ਝਾਤ ਲੱਗ ਰਹੀ ਆ ਫੀਲਿੰਗ ਘੈਂਟ ਇਹ ਚੀਜ਼ ਵੀ ਐਕਸਪੀਰੀਅੰਸ ਕਰਨੀ ਚਾਹੀਦੀ ਹੈ ਆਪਾਂ ਪਹਿਲਾਂ ਤੁਹਾਡਾ ਵਿਆਹ ਵੀ ਆਇਆ ਹੁੰਦਾ ਮੈਂ ਕਹਿੰਦੀ ਸਾਡੇ ਪਹਿਲੇ ਸੀ ਕੋਈ ਨਹੀਂ ਨਾ ਪਹਿਲਾਂ ਇੱਦਾਂ ਹੀ ਚੱਲਦੇ ਹੁੰਦੇ ਸੀ ਮੈਰਿਜ ਘਰਾਂ ਦੇ ਵਿੱਚ ਨਾ ਲਾਈਕ ਮੇਰੇ ਮੰਮਾ ਦੇ ਵੀ ਘਰਾਂ 'ਚ ਹੀ ਹੋਏ ਤੇ ਸੋਹਣੀ ਲੱਗਦੀ ਹੈ ਬਟ ਘਰਾਂ 'ਚ ਸੋਹਣੀ ਲੱਗਦੀ ਹੈ ਜ਼ਿਆਦਾ ਨਹੀਂ ਕਰ ਰਹੀ ਸਾਰੇ ਐਕਸਪੀਰੀਅੰਸ ਕਰਨੇ ਚਾਹੀਦੇ ਆ ਪੈਲਸ ਬਹੁਤ ਦੇਖੇ ਆ ਨਾ ਆਪਾਂ ਸਹੀ ਗੱਲ ਘਰ ਦਾ ਵਿਆਹ ਵੀ ਆਲ ਗੁੱਡ ਆ ਬਟ ਕੁੜੀ ਹਲੇ ਤੱਕ ਆਈ ਨਹੀਂ ਹੈਗੀ ਅਤੇ ਆਪਾਂ ਸੋਚ ਰਹੇ ਕਿ ਆਪਾਂ ਚੱਲ ਜਾਈਏ ਕਿਉਂਕਿ ਯੂ ਨੋ ਮੈਂ ਤੁਹਾਨੂੰ ਕੱਲ੍ਹ ਕੀ ਕਿਹਾ ਸੀ ਨੈਵਰ ਫੋਰਗੇਟ 27 September 2022 ਸੋ ਉਹਦੇ ਕਰਕੇ ਆਪਾਂ ਸ਼ਾਮ ਨਹੀਂ ਪਾਉਣੀ ਅਸੀਂ ਜਾਣਾ ਘਰੇ ਚੱਲੀਏ ਫਿਰ ਆਪਾਂ ਸ਼ਗਨ ਪਾਏ ਬਿਨਾਂ ਹੀ ਚੱਲ ਜਾਣਾ ਅੱਜ ਨਹੀਂ ਨਹੀਂ ਆਪਾਂ ਸ਼ਗਨ ਰਾਤੀ ਪਾਏ ਹੋਏ ਹਾਂ ਵਾਲੀ ਜੋੜੀ ਦਾ ਵੈਲਕਮ ਕਰੋਗੇ ਵਾਓ ਜੀ ਵਿਆਹ ਵਾਲੀ ਕੁੜੀ ਸਾਰਿਆਂ ਨੂੰ ਮਿਲਦੀ ਹੋਈ ਵਿਚਾਰੀ ਨੂੰ ਗਰਮੀ ਨਾਲ ਬੁਰਾ ਹਾਲ ਆ ਗੰਮੀ ਲੱਗ ਰਹੀ ਹੈ ਗਰਮੀ ਸਾਰਿਆਂ ਨੂੰ ਗਰਮੀ ਲੱਗ ਰਹੀ ਹਾਂਜੀ ਦੇਖੋ ਜੀ ਸਾਹਮਣੇ ਕਿਰਪਾਲ ਥੱਲੇ ਟੇਬਲ ਤੇ ਸੋ ਫਾਈਨਲੀ ਹੈਪੀ ਮੈਰਿਡ ਕਪਲ ਗੋਡ ਬਲੈਸ ਯੂ ਕੀ ਕਹਿਣਾ ਚਾਹੋਗੇ ਬਸ ਵੀ ਖੁਸ਼ ਰਹੋ ਆਪਣਾ ਖੁਸ਼ ਰਹਿਣ ਜਿੰਦੇ ਰਹੋ ਵੱਸਦੇ ਰਹੋ ਚਲੋ ਚਲੋ ਜੀ ਪਤਾ ਗਰਮੀਆਂ ਬਹੁਤ ਜ਼ਿਆਦਾ ਅਵੇਲੇ ਸਾਰੇ ਭੱਜੋ ਭੱਜ ਕਰਨ ਡਿਆ ਘਰ ਦਾ ਵਿਆਹ ਵਾ ਐਕਸਾਈਟਮੈਂਟ ਵੀ ਸੀ ਵਧੀਆ ਵੀ ਲੱਗਾ ਬਟ ਗਰਮੀ ਬਹੁਤ ਜ਼ਿਆਦਾ ਹੋਈ ਪਈ ਇਟਸ ਟੂ ਹੌਟ ਹਾਂਜੀ ਗਾਇਸ ਹੁਣ ਹੋ ਗਿਆ ਬਾਏ ਬਾਏ ਟਾਈਮ ਬਾਏ ਬਾਏ ਐਸ਼ ਬਾਏ ਰਵੀ ਵੀ ਵਾਪਸ ਜਲਦੀ ਜਲਦੀ ਆਇਆ ਚੰਡੀਗੜ੍ਹ ਓਕੇ 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 ਕੁਚੂ ਬਾਏ ਟਾਈਮ ਬਾਏ ਚਲੋ ਬਾਏ ਆਇਓ ਅਜੇ ਗੱਡੀ ਵੇਟ ਕਰਦੀ ਪਈ ਆ ਆਪਾਂ ਪੈਟਰੋਲ ਪੰਪ ਤੇ ਰੁਕੇ ਸੀ ਪੈਟਰੋਲ ਭਰਵਾਉਣ ਵਾਸਤੇ ਤੇ ਦੀਦੀ ਕਹਿੰਦੇ ਕੁਛ ਖਾਣ ਪੀ ਲਈਏ ਮਤਲਬ ਪੀਣ ਨੂੰ ਕੁਛ ਲੈ ਲਈਏ ਯਾਰ ਪਿਆਸ ਬੜੀ ਲੱਗੀ ਸੀ ਨਾ ਗਲਾ ਸੁੱਕਦਾ ਪਿਆ ਸੀ ਸੋ ਆਪਾਂ ਹੈਲ ਨਹੀਂ ਪੀਣ ਲੱਗੇ ਸੀ ਹਾਂਜੀ ਗਾਇਜ਼ ਆਪਾਂ ਜਾ ਰਹੇ ਹਾਂ ਕਿਵੇਂ ਲੱਗਾ ਬਈ ਬਹੁਤ ਵਧੀਆ ਇੰਦਰ ਸ਼ਿਵਮ ਜੀ ਆ ਕਿਵੇਂ ਰਿਹਾ ਵਿਆਹ ਬਹੁਤ ਵਧੀਆ ਐਂਸਰ ਪਹਿਲੀ ਵਾਰੀ ਵੇਖਿਆ ਪਿੰਡ ਦਾ ਵਿਆਹ ਵੇਖਿਆ ਤੇ ਚਲੋ ਪਹਿਲੀ ਵਾਰੀ ਨਹੀਂ ਪਰ ਯਾਦ ਰਹੂਗਾ ਯਾਦ ਰਹੂਗਾ ਹਾਂ ਨੈਵਰ ਫੋਰਗੇਟ ਆਪਣੇ ਲਈ ਤਾਂ ਇੰਦਰ ਸ਼ਿਵਮ ਆਪਣੇ ਲਈ ਤਾਂ ਸੀਰੀਅਸਲੀ ਆਪਣਾ ਜੀ ਆ ਹਾਂਜੀ 27 September 2022 ਨੈਵਰ ਫੋਰਗੇਟ ਸੀਰੀਅਸਲੀ ਤੇ ਬਾਕੀ
ਵਿਆਹ ਸੱਚੀ ਬਹੁਤ ਵਧੀਆ ਸੀ ਮੈਂ ਪਹਿਲੀ ਵਾਰੀ ਇੱਦਾਂ ਮਤਲਬ ਘਰ ਦੇ ਵਿੱਚ ਵਿਆਹ ਪਹਿਲੀ ਵਾਰੀ ਦੇਖਿਆ ਬਟ ਬਹੁਤ ਵਧੀਆ ਲੱਗਾ ਕਿਉਂਕਿ ਹਰੇਕ ਚੀਜ਼ ਦਾ ਐਕਸਪੈਰੀਮੈਂਟ ਬੰਦੇ ਨੂੰ ਕਰਨਾ ਚਾਹੀਦਾ ਵਾ ਇਸੇ ਨਾਲ ਹੀ ਅਸੀਂ ਅੱਜ ਦੇ ਵਲੌਗ ਦਾ ਇੱਥੇ ਹੀ ਕਰਦੇ ਹਾਂ ਐਂਡ ਤੇ ਚੈਨਲ ਨੂੰ ਲਾਈਕ ਕਰਿਓ ਕਰਿਓ ਤੇ ਲਵ ਯੂ ਆਲ ਤੇ ਸ਼ਿਵਮ ਇੰਜਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਜੀਆ ਤੁਹਾਡੀ ਯੂਟਿਊਬ ਵਲੌਗ ਨਹੀਂ ਬਣਾਉਂਦੀ ਪਰ ਜੀਆ ਮਾਨ ਜੀ ਸਾਡੇ ਇੰਸਟਾਗ੍ਰਾਮ ਬਣਾਉਂਦੇ ਨੇ ਉਹ ਜ਼ਰੂਰ ਕਰਿਓ ਤੇ ਥੈਂਕ ਯੂ ਸੋ ਮਚ ਓਕੇ ਅੰਕਲ ਜੀ ਤੁਸੀਂ ਵੀ ਸਤਿ ਸ਼੍ਰੀ ਅਕਾਲ ਕਰ ਦੋ ਸਤਿ ਸ਼੍ਰੀ ਅਕਾਲ ਚਲੋ ਜੀ ਬਾਏ ਬਾਏ।